ਭੇਜਿਆ ਸੀ ਕਿਸ ਕੰਮ ਵਾਸਤੇ ਉਹਦੀ ਕੀ ਸਾਜ਼ਿਸ਼ ਸੀ ਕਿਉਂਕਿ ਇਹ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਆ ਹਰੇਕ ਸਿੱਖ ਦਾ ਜਿਹੜਾ ਹਿਰਦਾ ਆ ਉਹ ਪਾਟ ਜਾਂਦਾ ਇੱਥੇ ਪੰਜਾਬ ਦੇ ਵਿੱਚ ਇੱਥੇ ਦੇਸ਼ ਦੇ ਵਿੱਚ ਵੱਡੀ ਜਿਹੜੀ ਅੱਗ ਆ ਉਹ ਲੱਗ ਸਕਦੀ ਆ ਸੋ ਆਪਣੇ ਧਰਮ 'ਤੇ ਹਮਲਾ ਕੋਈ ਵੀ ਸਿੱਖ ਬਰਦਾਸ਼ਤ ਨਹੀਂ ਕਰਦਾ ਸੋ ਇੱਥੇ ਸ਼੍ਰੋਮਣੀ ਕਮੇਟੀ ਨੇ ਪੁਲਿਸ ਨੇ ਉਹ ਬੰਦਾ ਫੜੀ ਰੱਖਿਆ ਅੱਧਾ ਘੰਟਾ ਉਹਦੀ ਕੁੱਟਮਾਰ ਕੀਤੀ ਹੋਊਗੀ ਉਹ ਬੰਦੇ ਨੇ ਦੱਸਿਆ ਹੋਊਗਾ ਕਿ ਉਹਨੂੰ ਕਿੰਨੇ ਭੇਜਿਆ ਕਿੰਨੇ ਪੈਸੇ ਦਿੱਤੇ ਗਏ ਆ ਉਹਦੀ ਕੀ ਸਾਰੀ ਸਾਜ਼ਿਸ਼ ਸੀ ਕਿੱਥੋਂ ਆਇਆ ਜਿਹੜੀ ਭਾਈ ਸਾਹਿਬ ਜੀ ਸਿੰਘ ਤੁਹਾਨੂੰ ਗੱਲ ਦੱਸੀ ਆ ਕਿ ਮੱਤੇਵਾਲ ਮੈਨੇਜਰ ਨੇ ਬਿਲਕੁਲ ਕਿਹਾ ਸਿੱਖ ਸਿੰਘ ਵੀ ਚੈੱਕ ਕਰਕੇ ਆਇਆ ਪਰ ਅਸੀਂ ਇੱਕ ਗੱਲ ਬਾਰ ਬਾਰ ਕਲੀਅਰ ਕਰੀਏ ਵੀ ਜੇਕਰ ਬਾਅਦ ਦੇ ਵਿੱਚ ਉਹ ਬੰਦੇ ਦੇ ਕੋਈ ਸਾਹ ਚੱਲਦੇ ਹੋਏ ਬੰਦਾ ਜਿਉਂਦਾ ਹੋਇਆ ਅਤੇ ਜਿਹੜੇ ਬੰਦੇ ਜ਼ਿੰਮੇਵਾਰਾਂ ਨੇ ਹੁਣ ਜ਼ਿੰਮੇਵਾਰੀ ਚੱਕੀ ਆ ਬਾਅਦ 'ਚ ਉਹ ਉਹਨਾਂ ਦਾ ਹੋਊਗਾ ਅਸੀਂ ਐਲਾਨ ਕਰਦੇ ਹਾਂ ਦੂਸਰੀ ਗੱਲ ਇਹ ਜ਼ਰੂਰੀ ਆ ਇਹ ਬੜਾ ਕਲੀਅਰ ਆ ਵੀ ਸਾਨੂੰ ਇਨਸਾਫ਼ ਨਹੀਂ ਮਿਲਣਾ ਖਾਸ ਕਰਕੇ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਣਾ ਚੁਰਾਸੀ ਦਾ ਨਹੀਂ ਮਿਲਿਆ ਸਾਨੂੰ ਬਰਗਾੜੀ ਦਾ ਨਹੀਂ ਮਿਲਿਆ ਸਾਡੇ ਸਿੰਘ ਸ਼ਹੀਦ ਹੋਏ ਪਰਿਵਾਰ ਬੈਠੇ ਆ ਉਹ ਨਹੀਂ ਮਿਲਿਆ ਪੰਥ ਇਹ ਫੈਸਲਾ ਆਪ ਕਰੂਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਦੇ ਪਿਓ ਦੀ ਜ਼ਗੀਰ ਨਹੀਂ ਹੈ ਅਸੀਂ ਬਾਰ ਬਾਰ ਇਹ ਗੱਲ ਕਹਿੰਦੇ ਹਾਂ ਇਹ ਪੰਥ ਦੀ ਜ਼ਗੀਰ ਆ ਅੱਜ ਜੇ ਕੁਝ ਲੋਕ ਕੁਰਸੀਆਂ 'ਤੇ ਬੈਠੇ ਨੇ ਕਾਬਜ ਨੇ ਤਾਂ ਉਹ ਸੱਤਾ ਦੇ ਵਿੱਚ ਭੁੱਖੇ ਅਤੇ ਅੰਨੇ ਹੋਏ ਨੇ ਜੇ ਉਹ ਆਪਣੇ ਪੰਥ ਦੀ ਪ੍ਰਸਤੀ ਨਹੀਂ ਕਰਦੇ ਤਾਂ ਫਿਰ ਇਹ ਛੱਡ ਕੇ ਘਰਾਂ ਨੂੰ ਚੱਲ ਜਾਣ ਪੰਥ ਸਾਂਭ ਲੂਗਾ ਅਤੇ ਜੇ ਅੱਜ ਇਹਨਾਂ ਨੇ ਪੰਥ ਦਾ ਉਹ ਰੁਤਬਾ ਕਾਇਮ ਰੱਖਿਆ ਅਸੀਂ ਧੰਨਵਾਦ ਕਰਦੇ ਹਾਂ ਜੇਕਰ ਸੱਚਮੁੱਚ ਉਸ ਬੰਦੇ ਨੂੰ ਇਹਨਾਂ ਨੇ ਮਾਰਿਆ ਹੋਇਆ ਵਾ ਅਤੇ ਜਿਵੇਂ ਕਿ ਸੰਗਤ ਦੇ ਦੇਖ ਕੇ ਵੀ ਆਏ ਨੇ ਸਿੰਘ ਉਹ ਮੰਜਰ ਮੱਤੇਵਾਲ ਵੀ ਕਹਿ ਰਿਹਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਪੰਥ ਦੀ ਇਹੋ ਰੋਇਤਾ ਕਿਉਂ ਗੁਰੂ ਸਾਹਿਬ ਦਾ ਸਿੱਧਾ ਹੁਕਮ ਆ ਗੁਰ ਕੀ ਨਿੰਦਾ ਸੁਣਿਆ ਨਾ ਕਾਨ।